ਇਹ ਕੌਣ ਹੈ? ਮੈਂ ਗੜਵੀ ਵੀ ਵਜਾਵਾ ਤੇ ਹੱਥ ਵੀ ਨਾ ਲਾਵਾਂ ਫਿਰ ਮੰਨੇ? ਸਾਹਮਣੇ ਪਈ ਗੜਵੀ ਆਪ ਵੱਜੇ ਮੁਸ਼ਕਲ ਸਮੇਂ ਦੇ ਬਾਅਦ ਚ ਮਿਲਾਂਗਾ। ਇਹ ਗੜਵੀ ਆਪ ਜਾਣੀ ਹੈ? ਆਪ ਵਜਾਨੀ ਆ। ਫੇਰ ਕੀ ਫਾਇਦਾ? ਮੈਂ ਗਾਣਾ ਗਾਣੀ ਤੇ ਆਪ ਹੀ ਵਜਾਵਾਂਗੀ। ਹਾਂ ਯਾਰ, ਨਾ ਯਾਰ, ਮੈਨੂੰ ਇੱਕ ਗੱਲ ਸਮਝ ਨਹੀਂ। ਕਿਹੜੀ ਚੀਜ਼ ਸਰ? ਇਹ ਜਦੋਂ ਵਜਾਉਂਦੀਆਂ ਤੇ ਟਿਕ ਟਿਕ ਦੀ ਆਵਾਜ਼ ਆਉਂਦੀ। ਹਾਂ ਤੇ ਮੈਂ ਜਦੋਂ ਵਜਾਈ ਆ ਬਬਕ ਬਬਕ ਦੀ ਆਵਾਜ਼। ਆਪਣੀ ਸੇਧ ਹੀ ਦੇਖੋ, ਬਬਕ ਬਬਕ ਦੀ ਆਉਣੀ। ਨਹੀਂ, ਮੈਂ ਜਦੋਂ ਤੇਰੀ ਵਜਾਈ ਆ ਟਿਕ ਟਿਕ ਦੀ ਆਈ ਆ। ਕਿੰਨੇ ਪੈਸੇ ਲੈਣੀ ਗੜਵੀ ਵਜਾਉਂਦੇ? 50,000 ਰੁਪਇਆ ਇਹਦੇ। ਹਾਲਤ ਦੇਖ ਰਹੇ ਗੜਵੀ ਦੀ? ਇਹਦਾ 50 ਬਣਦਾ? ਅੱਲਾ ਮਾਫ ਕਰੇ, ਨਵੀਂ ਹੂੰ। ਓਏ ਨਵੀਂ ਜ਼ੀਰੋ ਮੀਟਰ ਗੜਵੀ ਫੜੀ ਹੈ ਤੂੰ ਮੇਰੀ? ਨਹੀਂ ਨਹੀਂ, ਉਹ ਠੀਕ ਆ, ਤੂੰ ਚਿਬ ਚੁਬ ਕਢਾਏ ਆ ਇਹਦੇ, ਲੇਕਿਨ ਹੈ ਤਾਂ ਹੱਲ। ਇਹਦਾ 50,000 ਬਣਦਾ? ਇਹਦੇ ਨਾਲੋਂ ਤਾਂ ਤੇਰੇ ਵਾਲੀ ਅੱਛੀ ਆ। ਉਹਦਾ ਮੈਂ ਚਿਮੜਾ ਲਾਇਆ, ਉਹ ਆਵਾਜ਼ ਬੜੀ ਪਿਆਰੀ ਆਉਂਦੀ। ਹਾਂ, ਉਹੀ ਤਾਂ ਮੈਂ ਕਹਿ ਰਿਹਾ। ਇਹ ਨਹੀਂ ਨਾ ਕਰ, ਕਿੰਨੇ ਪਾਵਾਂ? ਮੈਂ 50 ਤੋਂ ਥੱਲੇ ਨਹੀਂ ਲੈਂਦੀ। ਨਹੀਂ ਨਹੀਂ, ਉਹ ਹੱਥ ਅੰਦਰ ਜਾ ਕੇ ਸੁੱਜ ਗਿਆ। ਓਏ ਹੋਏ ਹੋਏ ਹੋਏ, ਸੁਣਾਓ ਗਾਣਾ। ਸੁਣਾ ਗਾਣਾ ਸ਼ਾਬਾਸ਼। ਇਨਕਾਰ ਨਾ ਕਰੀ ਨਾ, ਇਹ ਤੇ ਤੂੰ ਕੀ? ਮੈਂ ਤਾਂ ਨਹੀਂ ਇਨਕਾਰ। ਇੱਕ ਮਿੰਟ ਮਿੰਟ ਤੂੰ ਚੁੱਪ ਕਰ ਜਾ। ਇੱਧਰ ਮੇਰੀ ਗੜਵੀ ਵਾਲੀ ਨਾਲ ਕੋਈ ਗੱਲ ਨਾ ਬਣੀ ਤੇ ਅਗਲੇ 2 ਦਿਨ ਮੇਰੇ ਤੂੰ ਕਢਾਉਣੇ ਆ। ਇਹ ਤੇਰਾ ਮੇਰਾ ਵਾਅਦਾ, ਤੇਰੇ ਨਾਲ ਕੋਈ ਤਸ਼ੱਦਦ ਕੋਈ ਜ਼ੁਲਮ ਨਹੀਂ। ਹਲਕਾ ਜਿਹਾ ਆਪਾ ਚਿਮਟਾ ਵਜਾ ਕੇ ਤੇਰੇ ਨਾਲ ਮੁਹੱਬਤਾਂ ਪਾ ਕੇ ਮੈਂ ਲੁੱਟੀ ਗਈ। ਹਾਏ, ਨਹੀਂ ਕਿਹਾ
ਪਲਕਾਂ ਦਾ ਚਿਮਟਾ ਵਜਾ ਕੇ ਤੇਰੇ ਨਾਲ ਮੁਹੱਬਤਾਂ ਪਾ ਕੇ ਮੈਂ ਲੁੱਟੀ ਗਈ, ਮੈਂ ਲੰਮੀ ਪਈ। ਜਿਹੜੇ ਬਾਡੀ ਬਿਲਡਰ ਨੇ ਜੰਪਰ ਜੀ ਵਰਜਿਸ਼ ਕਰਦੇ ਨੇ, ਉੱਥੇ ਜਾ ਕੇ ਵਰਜਿਸ਼ ਕਰਿਆ ਕਰੋ ਤੁਸੀਂ, ਕਿਉਂ ਕਰੋਗੇ ਤਾਂ ਕੁਛ ਨਾ ਕੁਛ ਬਣੇਗਾ ਹੀ ਜੀ। ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਹਾਂਜੀ, ਤੁਹਾਡੀ ਰੂਹ ਖੁਸ਼ ਹੋ ਜਾਏਗੀ। ਦਿਲ ਤਾਂ ਪਾਗਲ ਹੈ, ਦੋ ਕੜੀਆਂ ਰੋ ਕੇ ਚੁੱਪ ਕਰ ਜਾਓ। ਨਹੀਂ ਨਹੀਂ, ਇਹ ਮੈਂ ਸੁਣਾਉਣਾ। ਇਹਨੇ ਨੇ ਪੈਸੇ ਲੈਣੀ ਸਾਰੀ ਖਾਂਸੀ ਦਾ ਸਿਰਪ ਲੈਣਾ। ਦਿਲ ਤਾਂ ਪਾਗਲ ਹੈ, ਦੋ ਘੜੀਆਂ ਰੋ ਕੇ ਚੁੱਪ ਕਰ ਜਾਓ। ਮੈਨੂੰ ਦਾਤ ਦੇ ਰਿਹਾ ਜਾਂ ਪਿਛਲੇ ਨੂੰ ਕਹਿ ਰਿਹਾ? ਅਜੇ ਅੱਧਾ ਗਾਣਾ ਚੌਧਰੀ ਨੇ ਸ਼ੁਰੂ ਕੀਤਾ, ਚੌਧਰੀ ਗਾਣੇ ਨੂੰ ਕੁੱਤਾ ਪੈ ਗਿਆ। ਇਹ ਟਿਕਟਾਂ ਲੈ ਕੇ ਬੈਠੇ ਆ, ਕੋਈ ਤੇਰੀ ਮਾਂ ਦੇ ਕੋਲਾਂ ਤੇ ਨਹੀਂ ਬੈਠੇ? ਉਹਨਾਂ ਨੂੰ ਇੰਜੋਏ ਇੰਜੋਏ ਕਰੋ, ਛਡਾ ਦਿਓ, ਮੈਂ ਤੁਹਾਡੇ ਨਾਲ ਆ। ਜਿਹੜੀ ਜਿਹੜੀ ਪੇਸ਼ ਕਰਨੀ ਨਾ ਇੱਥੇ ਕਰਨੀ, ਆਪਣੇ ਬਹਿਨੋਈ ਨੂੰ ਕੁਛ ਨਹੀਂ ਕਰਨਾ ਯਾਰ। ਉਹ ਪਾਸ ਤੇ ਬੈਠਾ ਐਵੇਂ ਨਾ ਤਾੜੀ ਮਾਰੋ। ਮੇਰੇ ਪੈਸੇ ਵਾਪਸ ਕਰ ਦੇ, ਮੇਰਾ ਨਹੀਂ ਇਰਾਦਾ, ਤੂੰ ਬੜੀ ਕਮਜ਼ੋਰ ਅੜੀਏ, ਮੇਰਾ ਵਜ਼ਨ ਜ਼ਿਆਦਾ, ਜੇ ਮੈਂ ਤੇਰੇ ਉੱਤੇ ਡਿੱਗ ਪਿਆ ਤੂੰ ਵੀ ਕਿਧਰੇ ਮਰ ਮੁੜ ਜਾਓ। ਦੋ ਘੜੀਆਂ ਰੋ ਕੇ ਚੁੱਪ ਕਰ। ਤੈਨੂੰ ਕੀ ਮਸਲਾ ਕੀ ਹੈ, ਕੀ ਤਕਲੀਫ ਕੀ ਤੈਨੂੰ? ਜੀ ਗੱਲ ਇਹ ਹੈ ਕਿ ਜੁੰਮੇ ਵਾਲੇ ਦਿਨ ਤੁਹਾਨੂੰ ਪਤਾ ਵੀ ਅੱਲਾ ਨੇ ਚੌਧਰੀ ਨੂੰ ਪੁੱਤ ਦਿੱਤਾ, ਜੁੰਮੇ ਵਾਲੇ ਦਿਨ ਇੱਥੇ ਰੱਖਿਆ ਇੱਕ ਫੰਕਸ਼ਨ, ਜੁੰਮੇ ਤੁਸੀਂ ਆਉਣਾ, ਤੁਹਾਨੂੰ ਰਜਾ ਕੇ ਭੇਜਾਂਗੇ ਇੱਥੋਂ, ਮੈਂ ਤੁਹਾਨੂੰ ਖਾਲੀ ਪੇਟ ਨਹੀਂ ਭੇਜਣਾ। ਖਾਲੀ ਪੇਟ ਮਤਲਬ ਇੱਥੇ ਰੋਟੀ ਪਾਣੀ, ਇੱਥੇ ਮਟਨ ਸ਼ਟਨ, ਰੋਟੀ ਬੜੀ ਖਾਂਦੇ ਹਾਂ ਅਸੀਂ, ਪੈਸੇ ਦੀ ਗੱਲ ਕਰੋ, ਪੈਸੇ ਦੀ ਰੋਟੀ ਬਥੇਰੀ ਸਾਡੇ ਕੋਲ, ਪੈਸੇ ਦੀ ਕਿਹੜੀ ਗੱਲ ਕਰੋ, ਰੋਟੀ ਖਾਂਦੇ ਹਾਂ ਤੇ ਪੈਸੇ ਦੀ ਗੱਲ ਕਰੋ, ਪੈਸੇ ਕਮਾ ਜਾ ਰੋਟੀ ਖਾ ਤੇ ਪੈਸੇ ਕਮਾਣਾ ਤੇ ਹੈ ਹੋ ਤੇਰੇ ਪੈਸੇ ਕਮਾਣਾ ਹੀ ਜੇ ਕਸਮ ਮੁਕਸਮ ਗਾਣੇ ਗਾਏ ਨੇ ਮੈਂ ਤੇ ਮੈਨੂੰ ਪੈਸੇ ਦੇ, ਮੈਂ ਇੰਜ ਨਹੀਂ ਜਾਣਾ ਲਿਆ ਚੋਰੀ, ਮੈਂ ਨਹੀਂ ਮਾਫੀ ਮੁਫੀ ਦੇਣੀ, ਜੁਮੇ ਲੈ ਜੁਮੇ ਲੈ ਜੁਮੇ ਨੂੰ ਨਹੀਂ ਚੋਰੀ, ਮਨ ਹੋਣੀ ਚਾਹੀਦਾ ਕੋਈ ਹਲਕਾ ਜਾ ਤੇ ਲਾ 2000 ਪੈਸੇ ਦੇ ਹਾਂ ਲੈ ਲੈ, ਇਹ 500 ਲੈ ਜਾ, 1000 ਲੈ ਜਾ, ਨੋਟ ਜੁੜੇ ਆ ਵੱਖੋ ਵੱਖ, ਤੈਨੂੰ ਥੁੱਕ ਲਾਉਂਦੀ ਬੜੀ ਗੰਦੀ ਆ, ਇਹ ਤੁਹਾਨੂੰ ਥੁੱਕ ਲਾਓ ਤਰਾ ਦਾ ਨਾ ਲਾਓ ਫੇ ਤਰਾ ਦਾ, ਦੇ ਚੱਲ ਦੇ ਦੇ ਜਾਓ ਸ਼ਾਬਾਸ਼, ਜੁਮੇ ਵਾਲੇ ਦਿਨ ਆਉਣਾ ਤੁਹਾਨੂੰ ਇਨਸ਼ਾਅੱਲਾ ਤਾਲਾ ਢੇਰ ਪੈਸੇ ਮਿਲਣ। ਸੱਜੇ ਜਾਣਾ ਚੌਧਰੀ ਮੌਸਮ ਤੇ ਮੇਰਾ ਬੱਚਾ ਹੁਣ ਮੈਂ ਡੋਰੇ ਮੋਨ। ਅੱਛਾ ਉਹ ਨਹੀਂ ਹੈ, ਤੂੰ ਸਿਰਫ ਡਿਜ਼ਾਈਨ ਤੇ ਦੌੜੀ ਫਿਰਦੀ ਹੈ।
ਜਵਾਨ ਤੋਂ ਬੁੱਢਾ ਹੋ ਗਿਆ, ਅੱਲਾ ਨੇ ਤੁਹਾਨੂੰ ਪੁੱਤਰ ਦਿੱਤਾ 25 ਸਾਲ ਪਹਿਲੇ, ਤੁਸੀਂ ਉਹ ਪੁੱਤਰ ਨਾ ਪਿੰਡ ਚ ਸ਼ੋਅ ਕਰਾਇਆ, ਨਾ ਕਦੀ ਹਵੇਲੀ ਮੈਂ ਆਉਂਦਾ ਜਾਂਦਾ ਵੇਖਿਆ, ਇਹ ਕੀ ਰਾਜ ਚਾਹੁੰਦੀ ਆਪਣਾ ਪੁੱਤਰ ਦਿਖਾ ਸਾਨੂੰ।